ਪੰਜਾਬ ਵਿੱਚ ਫ੍ਰੀ ਬੱਸ ਸਕੀਮ ਬੰਦ ਕਰ ਦਿੱਤੀ ਗਈ ਹੈ ਪੰਜਾਬ ਦੀਆਂ ਮਹਿਲਾਵਾਂ ਵਾਸਤੇ ਫ੍ਰੀ ਸਫਰ ਜਿਹੜਾ ਪੰਜਾਬ ਸਰਕਾਰ ਵੱਲੋਂ ਸਕੀਮ ਜਾਰੀ ਕੀਤੀ ਗਈ ਸੀ ਉਸ ਨੂੰ ਪੰਜਾਬ ਸਰਕਾਰ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਜੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਹੁਣ ਪੰਜਾਬ ਵਿੱਚ ਨਵੀਂ ਸਕੀਮ ਜਿਹੜੀ ਲਾਗੂ ਹੋ ਜਾਰੀ ਹੈ ਜੀ ਕਿਹੜੀ ਉਹ ਸਕੀਮ ਹੈ ਕਿਵੇਂ ਉਸ ਦਾ ਲਾਭ ਲੈ ਸਕਦੇ ਹੋ ਸਾਡੀ ਡਿਟੇਲ ਜਾਣਕਾਰੀ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜੀ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉੱਤੇ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਵੀ ਨਵੀਂ ਸਕੀਮ ਜਾਂ ਅਪਡੇਟ ਆਂਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਟੱਟ ਤੱਕ ਪਹੁੰਚ ਸਕੇ ਜੀ ਹਾਂਜੀ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੈ ਜੀ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਤੋਂ ਪੰਜਾਬ ਦੀ ਮੇਲਾਵਾਂ ਵਾਸਤੇ ਮੁਫਤ ਸਫ਼ਰ ਜਿਹੜਾ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੀ ਸਕੀਮ ਸੀ 2000 21 ਦੇ ਵਿੱਚ ਜਾਰੀ ਕੀਤੀ ਗਈ ਸੀ ਜਿਸ ਨੂੰ ਭਗਵੰਤ ਮਾਨ ਸਰਕਾਰ ਨੇ ਜਿਹੜਾ ਇਸ ਨੂੰ ਵੂਮਨ ਡੇ ਤੇ ਫ੍ਰੀ ਕਰ ਦਿੱਤਾ ਗਿਆ ਸੀ ਮਹਿਲਾਵਾਂ ਵਾਸਤੇ ਜਿਹੜੇ ਫ੍ਰੀ ਬੱਸ ਸਫਰ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਜੀ ਹੁਣ ਪੰਜਾਬ ਸਰਕਾਰ ਵੱਲੋਂ ਇਸ ਦੇ ਵਿੱਚ ਅਪਡੇਟ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਬੱਸਾਂ ਦੇ ਵਿੱਚ ਜਿਹੜੇ ਆ ਆਧਾਰ ਕਾਰਡ ਉਹ ਨਹੀਂ ਚੱਲਣਗੇ ਜੀ ਆਧਾਰ ਕਾਰਡ ਤੇ ਜਿਹੜੇ ਬੀਬੀਆਂ ਨੂੰ ਹੁਣ ਮੁਫਤ ਵਿੱਚ ਝੂਟੇ ਨਹੀਂ ਦਿੱਤੇ ਜਾਣਗੇ ਜੀ ਤੇ ਹੁਣ ਪੰਜਾਬ ਸਰਕਾਰ ਵੱਲੋਂ ਨਵੀਂ ਸਕੀਮ ਜਾਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਦੋ ਨਵੇਂ ਕਾਰਡ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾਣਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਕੋ ਉਹ ਕਾਰਡ ਹੋਣਗੇ ਉਹਨਾਂ ਦਾ ਹੀ ਜਿਹੜਾ ਸਫਰ ਹੈ ਜਿਹੜਾ ਉਹ ਮੁਫਤ ਕਰ ਦਿੱਤਾ ਜਾਏਗਾ ਜਿਸ ਦੇ ਵਿੱਚ ਜਿਹੜਾ ਕਾਰਡ ਆ ਆਰ ਐਫ ਆਈ ਡੀ ਕਾਰਡ ਜਾਂ ਐਨ ਸੀ ਐਮ ਸੀ ਜਿਹੜਾ ਕਾਰਡ ਆ ਜਿਹੜਾ ਪੰਜਾਬ ਸਰਕਾਰ ਵੱਲੋਂ ਲਗਾ ਜਾਰੀ ਕੀਤਾ ਜਾ ਰਿਹਾ ਹੈ ਉਸ ਦੇ ਤਹਿਤ ਹੀ ਜਿਹੜੇ ਲੋਕਾਂ ਨੂੰ ਫ੍ਰੀ ਬੱਸ ਸਰਵਿਸ ਦਾ ਜਿਹੜਾ ਲਾਭ ਉਹ ਹੋਵੇਗਾ ਜੀ ਇਹ ਕਾਰਡ ਜਿਹੜੇ ਆ ਇਸ ਦੇ ਕਾਰਡ ਦੇ ਵਿੱਚ ਜਿਹੜੀ ਆ ਲੋਕਾਂ ਦੇ ਸਫਰ ਦੀ ਜਿਹੜੀ ਪੂਰੀ ਡਿਟੇਲ ਹੋਵੇਗੀ ਜੀ ਤੇ ਕਿੰਨਾ ਸਫਰ ਜਿਹੜਾ ਬਾ ਤੁਸੀਂ ਕੀਤਾ ਹੈ ਜੀ ਤੁਹਾਡਾ ਜਿਹੜਾ ਆਈਡੀ ਪ੍ਰੂਫ ਹੈ ਉਹ ਸਾਰਾ ਇਸ ਦੇ ਵਿੱਚ ਜਿਹੜਾ ਵੈਰੀਫਾਈ ਹੋਵੇਗਾ ਤੇ ਇਸ ਨੂੰ ਪ੍ਰਾਈਵੇਟ ਕੰਪਨੀਆਂ ਦੇ ਥਰੂ ਇਸ ਨੂੰ ਜਿਹੜਾ ਵਾ ਅਪਲਾਈ ਕੀਤਾ ਜਾਵੇਗਾ ਜੀ ਪਰ ਹਜੇ ਇਸ ਤੇ ਕੋਈ ਵੀ ਪੋਰਟਲ ਜਿਹੜਾ ਜਾਰੀ ਕੀਤਾ ਜਾਰੀ ਨਹੀਂ ਕੀਤਾ ਗਿਆ ਜਦੋਂ ਵੀ ਇਸ ਦਾ ਕੋਈ ਵੀ ਪੋਰਟਲ ਜਾਰੀ ਹੋਵੇਗਾ ਉਸ ਦੀ ਜਾਣਕਾਰੀ ਤੁਹਾਨੂੰ ਇਸੇ ਹੀ ਚੈਨਲ ਉਤੇ ਪ੍ਰੋਵਾਈਡ ਕਰ ਦਿੱਤੀ ਜਾਏਗੀ ਜੀ ਜੇ ਹੁਣ ਜਿਹੜੀ ਹੈ ਇਸ ਟਾਈਮ ਤੇ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੀ ਹੈ ਬੱਸ ਸਰਵਿਸ ਉਹ ਮੁਫਤ ਚੱਲ ਰਹੀਆਂ ਹਾਂ ਜੀ ਹਜੇ ਤੱਕ ਤੇ ਪਰ ਜਦੋਂ ਵੀ ਇਸ ਦਾ ਨਵਾਂ ਜਿਹੜਾ ਕਾਰਡ ਬਣਾਣਾ ਸ਼ੁਰੂ ਹੋ ਗਿਆ ਉਹ ਤੋਂ ਤੋ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਹੈ ਬੱਸ ਸਰਵਿਸ ਜਿਹੜੀ ਹੈ ਆਧਾਰ ਕਾਰਡ ਤੇ ਜਿਹੜੀ ਹੈ ਉਹ ਬੰਦ ਕਰ ਦਿੱਤੀ ਜਾਏਗੀ ਮਿਲ ਲਾਵਾ ਵਾਸਤੇ ਜਿਹੜੇ ਹੈ ਇਹ ਨਵੀਂ ਅਪਡੇਟ ਨਿਕਲ ਕੇ ਆ ਚੁੱਕੀ ਹੈ ਜੀ ਇਸ ਤੇ ਵਿੱਚ ਹੁਣ ਜਿਹੜੇ ਇਸ ਨੂੰ ਕਾਰਡ ਨੂੰ ਚਲਾਉਣ ਵਾਸਤੇ ਜਿਹੜੀ ਹੈ ਬੱਸਾਂ ਦੇ ਵਿੱਚ ਨਵੀਆਂ ਮਸ਼ੀਨਾਂ ਵੀ ਲਗਾਈਆਂ ਜਾਣਗੀਆਂ ਜਿਸ ਮਸ਼ੀਨ ਵਿੱਚ ਜਿਹੜਾ ਜਿਹੜਾ ਵੀ ਜਿਸ ਦਾ ਵੀ ਕਾਰਡ ਸਕੈਨ ਹੋਵੇਗਾ ਉਹ ਹੀ ਬੰਦਾ ਇਸ ਦੇ ਵਿੱਚ ਫ੍ਰੀ ਸਫਰ ਕਰ ਚੁੱਕੇਗਾ ਹੁਣ ਤੱਕ ਦੇ ਆંકੜੇ ਅਨੁਸਾਰ 1.25 ਕਰੋੜ ਔਰਤਾਂ ਸਰਕਾਰੀ ਬੱਸਾਂ ਵਿੱਚ ਹਰ ਮਹੀਨੇ ਜਿਹੜੀ ਆ ਉਹ ਸਫਰ ਕਰਦੀਆਂ ਹਨ ਜੀ ਤੇ ਆંકੜੇ ਦੱਸਦੇ ਹਨ ਕਿ ਹੁਣ ਤੱਕ 35.53 ਕਰੋੜ ਔਰਤਾਂ 1680 ਕਰੋੜ ਰੁਪਏ ਦਾ ਮੁਫਤ ਲਾਭ ਲੈ ਚੁੱਕੀਆਂ ਹਾਂ ਜੀ ਤੇ ਇਸ ਸਕੀਮ ਵਿੱਚ ਜਿਹੜੀ ਹੈ ਟ੍ਰਾਂਸਪੋਰਟ ਮਹਿਕਮੇ ਨੂੰ ਇਸ ਵਿੱਚ ਘਾਟਾ ਹੋ ਰਿਹਾ ਸੀ ਇਸ ਕਰਕੇ ਹੁਣ ਇਸ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਜੀ ਨਵੇਂ ਕਾਰਡ ਆ ਜਿਹੜੇ ਪੰਜਾਬ ਸਰਕਾਰ ਵੱਲੋਂ ਉਹ ਜਾਰੀ ਕੀਤੇ ਜਾਣੇ ਹਨ ਜੀ ਤੇ ਇਹ ਕਾਰਡ ਨੂੰ ਕਿਵੇਂ ਅਪਲਾਈ ਕਰਨਾ ਹੈ ਕਿਵੇਂ ਸਾਰਾ ਪ੍ਰੋਸੈਸ ਤੁਹਾਨੂੰ ਇਸੇ ਚੈਨਲ ਉੱਤੇ ਦੱਸ ਦਿੱਤਾ ਜਾਏਗਾ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਨਵੀਂ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ